ਅਸਲਾਮ ਵਾਲੇਕਮ ਸਤਿ ਸ਼੍ਰੀ ਅਕਾਲ ਕਿਦਾਂ ਹੋ ਠੀਕ ਟਾਟੂ ਡਾਡਾ ਸਰਬਸੋ ਮੀਤ ਕਰਾਂਗਾ ਸਾਰੇ ਵੀਰ ਭੈਣ ਭੜ ਤੇ ਮਿੱਤਰ ਬੇਲੀ ਅੰਜੋਂਗੇ ਸਾਰੇ ਮਿੱਤਰਾਂ ਦਾ ਵੈਲਕਮ ਹੈ ਆਪਣੇ ਚੈਨਲ ਕੇਜੀ ਰਿਐਕਸ਼ਨ ਪਾਕਿਸਤਾਨ ਤੇ ਆਪਣੇ ਚੈਨਲ ਵੀ ਆਪਣੇ ਚੈਨਲ ਆਹ ਹੋ ਰਹੀ ਤੇ ਮਿੱਤਰੋ ਸਾਡਾ ਰਿਐਕਸ਼ਨ ਹੈ ਭਾਈ ਤਾਂ ਇਹ ਪੁੱਤਰ ਮੈਨੂੰ ਵਿਊ ਕੋਈ ਨਹੀਂ ਆਉਂਦਾ ਹੈ ਨਾ ਹੀ ਮੈਨੂੰ ਕੋਈ ਸਬਸਕ੍ਰਾਈਬਰ ਨਹੀਂ ਲੱਭਣ ਡਿਆ ਯਾਰ ਗਾਣਾ ਆ ਗਿਆ ਅਜ ਮਾਨ ਸਾਹਿਬ ਦਾ ਸੋਹਣੀ ਗਾਣਾ ਨਹੀਂ ਕੀਦਰ ਕੋਈ ਨਾਮ ਨਹੀਂ ਹੈ ਤੁਹਾਡੀ ਵੀਡੀਓ ਦੇ ਵਿੱਚ ਭਾਜੀ ਦੱਸਿਆ ਨਹੀਂ ਤੁਹਾਨੂੰ ਹੈ ਕਿਹੜਾ ਆਪਣੇ ਚੈਨਲ ਹੈ ਉਹਨਾਂ ਨੇ ਦੱਸਿਆ ਹਾਂ ਪਤਾ ਲੱਗ ਗਿਆ ਉਹਨਾਂ ਨੂੰ ਯਾਰ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦੇਣਾ ਚਾਹਾਂਗਾ ਸਪੈਸ਼ਲੀ ਮੈਂ ਇੱਕ ਦੂਸਰੇ ਚੈਨਲ ਤੇ ਕੰਮ ਕਰ ਰਿਹਾ ਹਾਂ ਉਹ ਵੌਇਸਓਵਰ ਦਾ ਚੈਨਲ ਹੈ ਫੇਸ ਕੈਮ ਨਹੀਂ ਹੈ ਤੇ ਉਸ ਚੈਨਲ ਦਾ ਨਾਮ ਹੈ ਚਾਚਾ ਗੁੱਲੂ ਗੁੱਲੂ ਜੀ ਯੂ ਡਬਲ ਐਲ ਡਬਲ ਓ ਇਹ ਗੁੱਲੂ ਦਾ ਸਪੈਰਿੰਗ ਨੇ ਮੇਰਾ ਭਰਾ ਜਿੰਨੇ ਵੇਖਣਾ ਹੋਇਆ ਮੈਨੂੰ ਦੂਜੇ ਚੈਨਲ ਤੇ ਚੈੱਕ ਕਰ ਸਕਦੇ ਮੇਰੀ ਵੀਡੀਓ ਨੂੰ ਤੇ ਉਹਨੂੰ ਵੀ ਸਬਸਕ੍ਰਾਈਬ ਕਰਕੇ ਤੇ ਕਰ ਦਿਓ ਜੋ ਕੁਝ ਕਰਦੇ ਹੋ ਤੇ ਭਾਈ ਗਾਣਾ ਹੈ ਮਾਨ ਸਾਹਿਬ ਦਾ ਅਰਬ ਪੰਜਾਬੀ 2 ਟੀਜ਼ਰ ਆਇਆ ਛੋਟਾ ਜਿਹਾ ਮਾਨ ਸਾਹਿਬ ਦਾ ਬਰਥਡੇ ਸਾਰੇ ਫੈਨਾਂ ਨੂੰ ਮਾਨ ਸਾਹਿਬ ਦੇ ਸਾਡੇ ਵੱਲੋਂ ਜੀ ਹੈਪੀ ਬਰਥਡੇ ਤੇ ਲੰਮੀਆਂ ਲੰਮੀਆਂ ਉਮਰਾਂ ਭਾਈ ਕਰੇ ਮਾਨ ਸਾਹਿਬ ਦੀਆਂ ਰੱਬ ਤੇ ਹੋਰ ਕੀ ਭਾਈ ਕਹਿ ਸਕਨੇ ਆ ਵਿਸ਼ ਯੂ ਹੈਪੀ ਬਰਥਡੇ ਮੈਨੀ ਮੈਨੀ ਕੀ ਹੁੰਦਾ ਇੰਗਲਿਸ਼ ਨਹੀਂ ਆਉਂਦੀ ਆ ਜੀ ਮੇਰੇ ਵੱਲ ਵੀ ਆਈਏ ਪਾਵਾ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਮਾਨ ਸਾਹਿਬ ਦੀ ਜਿਹੜੀ ਬਰਥਡੇ ਆ ਨਾ ਉਹ ਮੈਨੂੰ ਸਪੈਸ਼ਲੀ ਨਹੀਂ ਸੀ ਪਤਾ ਅੱਜ ਵੀਰ ਨੇ ਦੱਸਿਆ ਕਿ ਮਾਨ ਸਾਹਿਬ ਦੀ ਜਿਹੜੀ ਅੱਜ ਬਰਥਡੇ ਆ ਅੱਜ ਹੀ ਆ ਨਾ ਭਾਈ ਹਾਂ ਜੀ ਅੱਜ ਹੀ ਆ ਭਾਈ ਅੱਜ ਹੀ ਸਾਡੇ ਵੱਲੋਂ ਭਾਈ ਸਾਰੇ ਜਿੰਨੇ ਮਾਨ ਸਾਹਿਬ ਦੇ ਫੈਨ ਨੇ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਹੈ ਕਿਉਂਕਿ ਇਸ ਤਰ੍ਹਾਂ ਦਾ ਲੈਜਰ ਬੰਦਾ ਜਿਹੜਾ ਨਾ ਉਹ ਜਦੋਂ ਜਨਮ ਲੈਂਦਾ ਉਹ ਸਾਰੀ ਇੱਕ ਇੰਡਸਟਰੀ ਵਾਸਤੇ ਇੱਕ ਸਬਕ ਬਣ ਕੇ ਹੁੰਦਾ ਤੇ ਸਾਨੂੰ ਬਹੁਤ ਖੁਸ਼ੀ ਆ ਮਾਨ ਸਾਹਿਬ ਦੇ ਜਨਮ ਦਿਨ ਦੀ ਸਾਡੇ ਵੱਲੋਂ ਬੜੀਆਂ-ਬੜੀਆਂ ਸ਼ੁਭ ਕਾਮਨਾਵਾਂ ਨੇ ਇੰਜ ਕਹਿੰਦਾ ਸ਼ੋਅ ਨੂੰ ਕਾਮਰਾਵਾਂ ਨੇ ਜਿਹੜੀਆਂ ਹੁੰਦੀਆਂ ਨੇ ਤੁਹਾਡੀ ਜ਼ੁਬਾਨ ਸਾਡੇ ਵੱਲ ਬੜੀ-ਬੜੀ ਮੁਬਾਰਕਬਾਦ ਹੈ ਯਾਰ ਪੰਜ ਸਾਲ ਜੀ ਵਧਾਈਆਂ ਜੀ ਵਧਾਈਆਂ ਜਿਵੇਂ 22 ਤਰੀਕ ਦੀ ਫਿਲਮ ਤੇ ਭਾਈ ਚੱਕੀਆ ਜੀ ਕੰਮ ਛੋਟਾ ਜਿਆਦਾ ਸਾਡਾ ਇੰਟਰੋ ਬਹੁਤ ਲੰਬਾ ਹੋ ਗਿਆ ਲੈਟ ਟੂ ਗੈਟ ਤੇ ਸ਼ੁਰੂ ਜੀ ਸਟਾਰਟ ਕਰਦੀ ਹੈ ਜੀ ਆਰੇ ਪੰਜਾਬੀ ਟੂ ਆਰੇ ਪੰਜਾਬੀ ਟੂ ਭਾਈ ਭਾਈ ਬਗਵਾਨ ਟੀਜ਼ਰ ਸਬੱਜੇ ਮਿੱਤਰੋ ਕੰਮ ਕੀ ਢੋਗ ਕਰਦਾ ਅੱਜਿਆ ਰੇ ਬਸ ਜੁਆ ਕਾ ਨੂੰ ਸੂਤ ਬਣਦਾ ਏ ਲੋਗੜਦਾ ਚੂਨੇ ਦੀ ਮਜਲਿਸ ਵਿੱਚ ਮਿੱਤਰੋ ਕੰਮ ਕੀ ਢੋਗ ਕਰਦਾ ਕਿਆ ਉਡਾਰੀ ਭਰਨੀ ਆ ਬਈਲਾ ਰਚ ਤਰਨੇ ਮੱਥੇ ਦੇ ਵਿੱਚ ਚੜੀ ਨਾਗਣੀ ਸਿੰਘ ਬਟਕਰਨੇ ਮੱਥੇ ਦੇ ਵਿੱਚ ਚੜੀ ਨਾਗਣੀ ਸਿੰਘ ਬੱਸ ਆ ਭਾਈ ਉਹ 20 ਸਪੀਡ ਤੇ ਯਾਰ ਕੋਈ ਸ਼ਾਇ ਨਹੀਂ ਮੁੱਕਦੀ ਜਿੰਨੀ ਸਪੀਡ ਚ ਨਾ ਟੀਜ਼ਰ ਮਕਾਇਆ ਇਤ ਨਹੀਂ ਹੁੰਦਾ ਤੂੰ ਇੰਨਾ ਵੀ ਸਮਝ ਜੇ ਤੇ ਤੇਰੇ ਵਾਸਤੇ ਬੜੀ ਗੱਲ ਤੂੰ ਰਾਤ ਸਾਰੀ ਸੁਣਦਾ ਰਹੇ ਤੇਰੀ ਸਮਝ ਨਹੀਂ ਆਉਂਦੀ ਮੇਰੀ ਸਮਝ ਆਉਂਦੀ ਕੋਈ ਗੱਲ ਇਹ ਅੱਗੇ ਕੋਈ ਅਜੇ ਤੱਕ ਸਮਾਂ ਚਾਹੀਏ ਦੱਸ ਦਿਓ ਹਾਂ ਸਮਝ ਪਾਟੀ ਏ ਸਮਝ ਪਾਟੀ ਏ ਸਾਲੀ ਜੀ ਯਾਰ ਛੇਤੀ ਮਗਾ ਬੜੇ ਯਕੀਨ ਵਾਲਾ ਗਰਮੀਆ ਮੇਰੇ ਪਸੀਨੇ ਨਾਲ ਹਾਲਤ ਦੇਖੋ ਕੀ ਹੋ ਗਈ ਤੇਰੇ ਨਾਲ ਬੈਠਾ ਮੈਨੂੰ ਕਿਨੇ ਯਾਰ ਤੇਰੇ ਜਿਹੀ ਗਰਮੀ ਆ ਨਹੀਂ ਮੇਰੇ ਜੀ ਗਰਮੀ ਹੈ ਭਈਆ ਮੈਂ ਕੀ ਕਰਾਂ ਠੰਡ ਰੱਖਿਆ ਆ ਵੇਖ ਲੈ ਠੰਡ ਰੱਖਿਆ ਪਸੀਨਾ ਚੋਂ ਡਿਆ ਠੰਡ ਕਿ ਤੁਰਾ ਘਾਉ ਠੰਡੇ ਸਾਲੀ ਲੱਭਦੀ ਨਹੀਂ ਯਾਰ ਕਿ ਤੂੰ ਠੰਡ ਲੱਭਦੀ ਹੋ ਤੇ ਮੈਨੂੰ ਕਿਲੋਗ ਲੈ ਕੇ ਗਲੇ ਹੋ ਅੱਛਾ ਵੀਡੀਓ ਦਾ ਟਾਪਿਕ ਤੇ ਗੱਲ ਕਰਨਿਆ ਯਾਰ ਮਾਨ ਸਾਹਿਬ ਦਾ ਅੜ ਪੰਜਾਬੀ ਪਹਿਲਾਂ ਵੀ ਆਇਆ ਸੀ ਔਰ ਉਸ ਦੇ ਉੱਤੇ ਅਸਾਂ ਜਿਹੜੇ ਰਿਐਕਸ਼ਨ ਕੀਤਾ ਸੀ ਸਾਨੂੰ ਮਿਨੀਮਮ ਦੋ ਰਾਤਾਂ ਦੇ ਵਿੱਚ 50 50000 ਹੋ ਗਈ ਸੀ ਹਾਂ ਅੱਜ ਵੀ ਉੱਥੇ ਨੇ ਤੇ ਉਹ ਅੱਜ ਵੀ ਉੱਥੇ ਹੀ ਖੜੇ ਹੋਏ ਨੇ ਤੇ ਇਹਦੇ ਐਂਡ ਸਕਰੀਨ ਤੇ ਅਸੀਂ ਅੜ ਪੰਜਾਬੀ ਜਿਹੜਾ ਪਹਿਲਾ ਉਹ ਵੀ ਲਾ ਦਿੱਤਾ ਉਹਨੂੰ ਵੀ ਚੈੱਕ ਆਊਟ ਕਰ ਲੈਣਾ ਔਰ ਅੜ ਪੰਜਾਬੀ ਵਾਹ ਦੇ ਇੱਕ ਐਸਾ ਟੀਜ਼ਰ ਆਇਆ ਜਿਹੜਾ ਮੈਨੂੰ ਬਿਲਕੁਲ ਹੀ ਸਮਝ ਨਹੀਂ ਆਇਆ ਸਿਰਫ ਡੋਗਰ ਦੀ ਸਮਝ ਆਈ ਹੈ ਹੁਣ ਇਹ ਡੋਗਰ ਜਿਹੜਾ ਇਹਦੇ ਪਿੱਛੇ ਵੀ ਕੋਈ ਨਾ ਕੋਈ ਹਿਸਟਰੀ ਹੋਏਗੀ ਹਿਸਟਰੀ ਹੈ ਨਹੀਂ ਕੋਈ ਮਤਲਬ ਮਹਿਫਲੇ ਬੰਦਿਆਂ ਦੀ ਮਜਰਾ ਆਹੋ ਮਹਿਫਲੀ ਜਿਹਨੂੰ ਕਾਹ ਸਕਦੇ ਨੇ ਮਤਲਬ ਮਜਰਾ ਸਹੀ ਹੈ ਮਹਿਫਲ ਜੋ ਵੀ ਉਹਨੂੰ ਕਹਿੰਦੇ ਉਹਦੇ ਵਿੱਚ ਡੋਗਰ ਦਾ ਕੀ ਕੰਮ ਹੈ ਡੋਗਰ ਬੇਬੇ ਦੀ ਕਾਲ ਆ ਰਹੀ ਹੈ ਹਾਂਜੀ ਬੇਬੇ ਜੀ ਹਾਂਜੀ ਬੇਬੇ ਜੀ ਜੀ ਅਮੀ ਜੀ ਤੁਹਾਡਾ ਪੈਕੇਜ ਹੋ ਗਿਆ ਏ ਹਾਂਜੀ ਮੈਂ ਮੈਂ ਨੀਲਾ ਪੈਕੇਜ ਭਵਾਂਦਾ ਤੁਹਾਡਾ ਮੈਂ ਨਿਆਲਾ WhatsApp Facebook ਤੇ ਦੂਸਰਾ ਮੈਂ ਨਿਆਲਾ ਆ ਗਿਆ ਥੋੜਾ ਜਿਹਾ ਹਫਤੇ ਹਲਾ ਕਿ ਆ ਸੜੇ ਚਲੋ ਛੱਡੋ ਮੈਂ ਹੁਣ ਬਿਜ਼ੀ ਆ ਤੂੰ YouTube ਚ ਲਾ ਕੇ ਕਰਨਾ ਤੂੰ ਕਿਹੜੀ ਮੇਰੀ ਵੀਡੀਓ ਬਣਨੀ ਹੈ ਮੈਂ ਸੰਗਾ ਜੀ ਅੱਜ ਦੀ ਵੀਡੀਓ ਚ ਬੱਸ ਇੰਨਾ ਹੀ ਆ ਭਾਈ ਇਹ ਗਾਣਾ ਜਦੋਂ ਆਏਗਾ ਉਦੋਂ ਫੁੱਲ ਦੇਖਾਂਗੇ ਉਹਦੇ ਨਾਲ ਫਿਰ ਉਹਦਾ ਉਸ ਹਾਸਾਬ ਦੇ ਨਾਲ ਜਿਹੜੀ ਹੋਏਗੀ ਕੀ ਕੀੰਦੇ ਉਹਦੀ ਜਿਹੜਾ ਸਬਕਸ਼ ਹੋਏਗਾ ਰਿਐਕਸ਼ਨ ਵੀ ਕਰਾਂਗੇ ਤੇ ਐਕਸਪਲੇਨ ਵੀ ਉਸ ਗਾਣੇ ਨੂੰ ਕੋਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਤੁਹਾਨੂੰ ਅਗਰ ਕੁਝ ਵੀ ਭਾਈ ਗਾਣਾ ਸਵੇਰੇ ਸਾਡਾ ਆਉਣਾ ਮੇਰੇ ਵੱਲੋਂ ਸਪੈਸ਼ਲੀ ਥੈਂਕਸ ਕਰਕੇ ਭਾਈ ਨੂਮਾਨ ਵਰਾਇਚ ਦਾ ਉਹਨਾਂ ਨੇ ਰਿਐਕਸ਼ਨ ਕੀਤਾ ਰਿਐਕਸ਼ਨ ਵੀਡੀਓ ਦਿੱਤੀ ਮਤਲਬ ਰਿਐਕਸ਼ਨ ਦੇਾਂਗੇ ਸਾਡੇ ਪੰਜਾਬ ਦਾ ਭਾਈ ਬਰਾਲੂ ਲੱਕ ਦਾ 24 ਮਿੰਟਾਂ 'ਚ ਮਕਮਲ ਪੰਜਾਬ ਦੀ ਹਿਸਟਰੀ ਦੱਸ ਗਿਆ ਤੇ ਉਹਦੇ ਉੱਤੇ ਗੱਲਾਂ ਬਾਤਾਂ ਕਰਾਂਗਾ ਜਿਹੜਾ ਰਿਐਕਸ਼ਨ ਤਿਆਰ ਕਰਾਂਗਾ ਤੇ ਸਵੇਰੇ ਤੁਹਾਡੇ ਵੀਰਾਂ ਦੀ ਨਜ਼ਰ ਕਰਾਂਗਾ ਜੀ ਮਾਨ ਸਾਹਿਬ ਦੇ ਉੱਤੇ ਸਪੈਸ਼ਲ ਤਵੱਜੂ ਹੈ ਕਿਉਂਕਿ ਮਾਨ ਸਾਹਿਬ ਤਾਂ ਜੇ ਵੱਡੇ ਆ ਤੇ ਸਾਰੇ ਮਾਨ ਸਾਹਿਬ ਦੇ ਫੈਨ ਜਿਹੜੇ ਮਤਲਬ ਉਹਨਾਂ ਨੇ ਰਿਕੁਐਸਟ ਆ ਕਾਫੀ ਜ਼ਿਆਦਾ ਪਾਈਆਂ ਹੋਈਆਂ ਤੇ ਸਵੇਰੇ ਸਾਡੇ ਆਪਣੇ ਪਾਕਿਸਤਾਨ ਤੁਹਾਡੇ ਲੈंदे ਪੰਜਾਬ ਦੀ ਵਾਰੀ ਹੈ ਤੇ ਵੇਖੋ ਜੀ ਲੈंदे ਪੰਜਾਬ ਦੇ ਕੀ ਰੰਗੜੇ ਕੀ ਫਨ ਨੇ ਤੇ ਕੀ ਕੰਮ ਕਰਨੇ ਇੱਥੋਂ ਦੇ ਤੇ ਹੁੰਦੇ ਮਿੱਤਰੋ ਸਾਨੂੰ ਜਿਆਦਾ ਜਾਣ ਤੋਂ ਪਹਿਲਾਂ ਦੋਨਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਹੀ ਕਮੈਂਟ ਕਰਨਾ ਨਾਲ ਹੀ ਵੀਡੀਓ ਚ ਆਉਣਾ ਨਹੀਂ ਮੈਂ ਸਪੈਸ਼ਲੀ ਆਪਣੇ ਵਾਸਤੇ ਦੱਸਣ ਆਇਆ ਪਤਾ ਹੈ ਤੁਹਾਨੂੰ ਸਾਰਿਆਂ ਨੂੰ ਫੇਸ ਕੈਮ ਵੀਡੀਓ ਬਣਾਉਣਾ ਛੱਡ ਗਿਆ ਹਾਂ ਤੇ ਯਾਰ ਤੁਹਾਡੇ ਅੱਗੇ ਗੁਜ਼ਾਰਿਸ਼ ਹੈ لازਮੀ ਚੈਨਲ ਮੇਰਾ ਚੈੱਕ ਕਰ ਲਿਓ ਚਾਚਾ ਗੁੱਲੂ ਉੱਥੇ ਵੀ ਆਇਆ ਕਰੋ ਹਾਸੀਆਂ ਖੇਡੀਆਂ ਕਰ ਹਾਸੀਆਂ ਖੇਡੀਆਂ ਹੋ ਰਹੀ ਕੰਮ ਹੀ ਕੋਈ ਨਹੀਂ ਇੱਥੇ ਕਰਦੇ ਆ ਜੀ ਲਾਈਕ ਦਾ ਉੱਥੇ ਵੀ ਆ ਜਾਇਆ ਕਰੋ ਜਿਹਦਾ ਦਿਲ ਹੈ ਤੇ ਬੂਹੇ ਖੁੱਲੇ ਨੇ ਚਾਚਾ ਗੁੱਲੂ ਦਾ ਤੁਹਾਨੂੰ ਇਹਦੇ ਚ ਵੀ ਐਂਡ ਤੇ ਲਾ ਦੇਵਾਂਗੇ ਐਂਡ ਸਕਰੀਨ ਤੇ ਐਂ ਦੇ ਦਾ ਕਾਰਟੂਨ ਇੱਕ ਬਣਿਆ ਉਹਨੂੰ ਵੀ ਲਾਈਕ ਸ਼ੇਅਰ ਕਰ ਲਿਓ ਠੀਕ ਹੈ ਤੇ ਸਾਨੂੰ ਜੇ ਮਿੱਤਰੋ ਜਿਆਦਾ ਜਾਨ ਤੋਂ ਪਹਿਲੇ ਦੋਨੇ ਚੈਨਲ کہیں ਤੇ ਕਹੀਂ ਕਰਕੇ ਸਬਸਕ੍ਰਾਈਬ ਕਰ ਦਿਓ ਨਾਲੇ ਇੱਕ ਘੰਟਾ ਮ